ਸਤਿਕਾਰਯੋਗ ਸਾਥੀਓ, ਅੱਜ ਜਿਹੜਾ ਆਪਣਾ ਧਰਨਾ ਸੀਗਾ 8ਵੇਂ ਦਿਨ 'ਚ ਸੀਗਾ, ਅਤੇ ਸਾਨੂੰ ਦੁਪਹਿਰੇ ਚੇਅਰਮੈਨ ਸਾਹਿਬ ਨੇ ਰੂਮਨ ਟਰੱਸਟ 'ਚ ਬੁਲਾਇਆ ਸੀਗਾ ਦਫ਼ਤਰ ਦੇ ਵਿੱਚ। ਉਹਦੇ ਵਿੱਚ ਇਹਨਾਂ ਨੇ ਸਾਡੇ ਸਾਹਮਣੇ ਮਾਨਯੋਗ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਦੇ ਨਾਲ ਸਾਡੇ ਜਿਹੜੇ ਆਪਣੇ ਸੈਕਟਰੀ ਹੈ ਉਹਨਾਂ ਦੇ ਨਾਲ, ਡਾਇਰੈਕਟਰ ਸਾਹਿਬ ਦੇ ਨਾਲ, ਸ਼ਹਿਰ ਦੇ ਡੀਸੀ ਸਾਹਿਬ ਦੇ ਨਾਲ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ, ਜਿਹਦੇ ਨਤੀਜੇ ਦੇ ਵਿੱਚ ਇਹ ਜਿਹੜਾ ਅੱਜ ਧਰਨਾ 8ਵੇਂ ਦਿਨ 'ਚ ਸੀਗਾ ਉਹਨੂੰ ਚੱਕਣ ਦੇ ਵਿੱਚ, ਚੁਕਾਉਣ ਦੇ ਵਿੱਚ ਸਫਲ ਹੋਏ ਹੈ। ਜਿੰਨੀਆਂ ਮੰਗਾਂ ਸੀ ਇਹਨਾਂ ਨੇ ਮੰਤਰੀ ਸਾਹਿਬ ਨੂੰ ਕਿਹਾ ਵੀ ਜਿਹੜਾ ਵੀ ਮਤਾ ਆਊਗਾ ਉਹਨੂੰ ਪਾਸ ਕਰ ਦਿਓ। ਇਹ ਕਹਿੰਦੇ ਚਾਹੇ ਮੇਰੇ 50 ਗਿਣੇ ਲੱਗਣ, ਮੈਂ ਆਪ ਜਾ ਕੇ ਨਾਲ ਮਤਾ ਕਰਾ ਦੂੰਗਾ। ਇਹਨਾਂ ਦਾ ਨਗਰਪਾਲਿਕਾ ਕਰਮਚਾਰੀ ਸੰਗਠਨ ਵੱਲੋਂ ਸਰਦਾਰ ਗੋਪਾਲ ਸਿੰਘ ਇੰਡੀਅਨ ਦਾ ਚੇਅਰਮੈਨ ਬਰੂਨ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਵੀ ਜਿਹਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਸਾਡੀ ਬਾਂਹ ਫੜੀ ਅਤੇ ਸਾਡਾ ਸਾਥ ਦਿੱਤਾ। ਬਹੁਤ ਬਹੁਤ ਧੰਨਵਾਦ। ਦੇਖੋ ਜੀ, ਮੈਰੀ ਅੱਜ ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਥਾਪੜ ਜੀ ਨੇ ਦੱਸਿਆ, ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਹੈ, ਉਹਨਾਂ ਦੇ ਧਿਆਨ ਦੇ ਵਿੱਚ ਹੈ ਨਹੀਂ ਸੀ ਇਹ ਪ੍ਰੋਜੈਕਟ। ਤੁਹਾਨੂੰ ਮੈਂ ਦੱਸ ਦਿੰਦਾ ਚਾਹੁੰਦਾ, ਥੋੜ੍ਹੀ ਜਿਹੀ ਰੋਸ਼ਨੀ ਪਾਣੀ ਚਾਹੁੰਦਾ ਕਿ ਜਦੋਂ ਦੀ ਕਾਰਪੋਰੇਸ਼ਨ ਬਣੀ ਹੈ, ਕਾਰਪੋਰੇਸ਼ਨ ਦੇ ਬਣਨ ਦੇ ਵਿੱਚ ਇੱਥੇ ਲਗਭਗ 50 ਅਤੇ 52 ਦੇ ਲਈ ਧਰਨਾ ਲਗਾਇਆ ਗਿਆ ਸੀ, ਜਿਹਦੇ ਵਿੱਚ ਕਾਰਪੋਰੇਸ਼ਨ ਦੇ ਸਾਡੇ ਜਿੰਨੇ ਵੀ ਆਪਣੇ ਹਾਊਸ ਸੀਗਾ, ਵਿੱਚ ਹੀ ਸਾਡੇ ਮੇਅਰ ਸਾਹਿਬ ਸੀਗੇ, MLA ਸਾਹਿਬ ਸੀਗੇ ਕਪੂਰਥਲੇ ਦੇ, ਅਤੇ ਨਾਲ ਹੀ ਜਿੰਨੇ ਵੀ MC ਸਾਹਿਬਾਨ ਸੀਗੇ, ਸਾਰਿਆਂ ਨੇ ਉਸ ਹਾਊਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀਗਾ ਕਿ 175 ਜਿਹੜੇ ਕਰਮਚਾਰੀ ਹੈਗੇ ਆ ਉਹਨਾਂ ਨੂੰ ਅਸੀਂ ਨੌਕਰੀਆਂ ਦੇਵਾਂਗੇ। ਫਿਰ 2021 ਦੇ ਜਦੋਂ ਕਾਰਪੋਰੇਸ਼ਨ ਇਲੈਕਸ਼ਨ ਹੋਈ, ਹਾਊਸ ਤੋਂ ਬਾਅਦ ਉਹਨਾਂ ਦਾ ਲਗਭਗ ਤਕਰੀਬਨ 1.5 ਤੋਂ 2.25 ਸਾਲ ਇਹ ਜਿਹੜਾ ਹੈਗਾ ਆ ਮਾਮਲਾ ਲਟਕਦਾ ਰਿਹਾ। ਹੁਣ ਲਾਸਟ ਟਾਈਮ 4 ਮਹੀਨੇ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹੁੰਦਾ, ਬੜੀ ਹਾਸੋਹੀਣੀ ਹੈਗੀ ਹੈ। 4 ਮਹੀਨੇ ਪਹਿਲਾਂ ਇੱਕ ਮਤਾ ਦੁਬਾਰਾ ਤੋਂ ਪਾਸ ਕੀਤਾ ਗਿਆ ਹਾਊਸ ਦੇ ਵਿੱਚ ਕਿ ਜਿਹੜੇ 175 ਮੁਲਾਜ਼ਮ ਰੱਖੇ ਜਾਣੇ ਸਨ ਉਹ ਮਤਾ ਕੈਂਸਲ ਕੀਤਾ ਗਿਆ। ਮਤਾ ਕੈਂਸਲ ਕੀਤਾ ਜਾਣਾ, ਕਿਉਂ ਕੀਤਾ ਜਾਣਾ, ਉਹਦੇ ਬਾਰੇ ਜਿਹੜਾ ਹੈਗਾ ਆ ਗੁੱਝੇ ਭੇਦ ਨੇ, ਮੈਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗਾ ਤੁਹਾਨੂੰ, ਜੇ ਮੈਨੂੰ ਪਤਾ ਲੱਗੇਗਾ, ਜਿੱਦਾਂ ਪਤਾ ਲੱਗੇਗਾ। ਤੋ ਉਹ ਮਤਾ ਜਿਹੜਾ ਪਾਸ ਹੋਇਆ ਕਿ ਇਹ ਦੁਬਾਰਾ ਤੋਂ ਇੱਕ ਮੀਟਿੰਗ ਸੱਦੀ ਜਾਊਗੀ, ਮਾਨਯੋਗ ਸਾਡੇ ਜਿਹੜੇ ਮੇਅਰ ਸਾਹਿਬ ਨੇ ਇੱਥੇ ਦੇ ਉਹਨਾਂ ਦੀ ਰਹਿਨਮਾਈ ਦੇ ਹੇਠ, ਔਰ ਉਹ ਮੀਟਿੰਗ ਬਾਅਦ 'ਚ ਸੱਦੀ ਨਹੀਂ ਗਈ। ਨਾ ਸੱਦਣ ਦਾ ਕਾਰਨ ਪਿਛਲੇ 3 ਮਹੀਨੇ ਤੋਂ ਮੈਨੂੰ ਕਿਤੇ ਨਾ ਕਿਤੇ ਇੱਦਾਂ ਲੱਗਦਾ ਕਿ ਜਿਹੜਾ ਹਾਊਸ ਹੈਗਾ ਉਹ ਕਾਂਗਰਸ ਦਾ ਔਰ ਕਾਂਗਰਸ ਪਾਰਟੀ ਦਾ ਹੈਗਾ ਆ। ਆਲਰੇਡੀ ਜਿਹੜੇ MC ਨੇ ਸਾਡੇ ਮੇਅਰ ਸਾਹਿਬ ਨੇ, MLA ਸਾਹਿਬ ਨੇ, ਉਹ ਜਿਹੜੇ ਕਾਂਗਰਸ ਦੇ ਹੈਗੇ ਨੇ, ਅਤੇ ਆਮ ਆਦਮੀ ਪਾਰਟੀ ਸਰਕਾਰ ਹੋਣਾ 'ਤੇ ਕਿਤੇ ਨਾ ਕਿਤੇ ਕ੍ਰੈਡਿਟ ਵਾਰ ਚੱਲ ਰਿਹਾ ਸੀਗਾ ਕਿ ਜੇ 175 ਮੁਲਾਜ਼ਮਾਂ ਨੂੰ ਕੀਤਾ ਜਾਂਦਾ ਆ ਅਤੇ ਨੌਕਰੀਆਂ ਦਿੱਤੀਆਂ ਜਾਂਦੀਆਂ, ਸ਼ਾਇਦ ਕਿਤੇ ਸਰਕਾਰ ਦੀ ਬੱਲੇ ਬੱਲੇ ਨਾ ਹੋ ਜਾਵੇ। ਮੈਂ ਇੱਥੇ ਇੱਕ ਗੱਲ ਰੱਖਣੀ ਚਾਹੁੰਦਾ, ਨੌਕਰੀਆਂ ਦੇਣੀਆਂ ਹਮੇਸ਼ਾ ਸਰਕਾਰ ਦਾ ਕੰਮ ਹੁੰਦਾ ਆ, ਇਹ ਕਦੀ ਵੀ ਇੱਥੇ ਰਾਜਨੀਤਿਕ ਰੋਟੀਆਂ ਨਹੀਂ ਸਿੱਕਣੀਆਂ ਚਾਹੀਦੀਆਂ। ਤੋ ਦੁਬਾਰਾ ਤੋਂ ਜਿਹੜਾ ਇਹ ਹੁਣ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਆ, ਥਾਪੜ ਸਾਹਿਬ ਵੀ ਉੱਥੇ ਸੀਗੇ, ਸਾਰੇ ਜਿੰਨੇ ਵੀ ਵੀਰ ਆਏ ਸੀਗੇ ਉੱਥੇ ਗੱਲ ਹੋਈ ਹੈ। ਜਿਹੜਾ ਮਤਾ ਦੁਬਾਰਾ ਤੋਂ ਪਏਗਾ ਲਗਭਗ ਮੇਰੇ ਖਿਆਲ 200 ਕਰਮਚਾਰੀਆਂ ਦਾ ਮਤਾ ਪਊਗਾ, ਅਤੇ
ਇਹ ਮਤਾ ਪੈਣ ਤੋਂ ਬਾਅਦ ਫਿਰ ਇਹ ਜਿਹੜਾ ਪ੍ਰੋਸੈਸ ਅੱਗੇ ਚੱਲੇਗਾ ਅਤੇ ਇਹ ਜਿਹੜਾ ਧਰਨਾ ਅੱਜ ਚੱਕਿਆ ਜਾ ਰਿਹਾ। ਤੋ ਮੈਂ ਸਮਝਦਾ ਕਿ ਸਾਰਿਆਂ ਦੀ ਮਿਹਨਤ ਦੇ ਸਦਕਾ ਇਹ ਜਿਹੜਾ ਕਪੂਰਥਲੇ ਦੀ ਜਿਹੜਾ ਸਫਾਈ ਵੱਲ ਧਿਆਨ ਦਿੱਤਾ ਜਾਊਗਾ ਔਰ ਦੁਬਾਰਾ ਤੋਂ ਜਿਹੜਾ ਸਫਾਈ ਕੀਤੀ ਜਾਊਗੀ ਕੂੜੇ ਦੀ। ਕੂੜੇ ਦੇ ਕਰਕੇ ਕਪੂਰਥਲੇ ਦੇ ਲੋਕ ਜਿਹੜੇ ਹੈਗੇ ਬਹੁਤ ਜ਼ਿਆਦਾ ਇਹ ਗੰਦਗੀ ਦੇ ਢੇਰ ਦੇ ਹੋਣ ਕਰਕੇ ਇੱਥੇ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਤੋ ਮੈਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਲਦੀ ਜਲਦੀ ਤੁਸੀਂ ਆਪਣਾ ਧੰਨਾ ਚੱਕ ਕੇ ਅਤੇ ਤੁਸੀਂ ਇੱਥੇ ਸਫਾਈ ਵੱਲ ਧਿਆਨ ਦਿਓ ਅਤੇ ਆਹ ਜਿਹੜੀ ਕੁਝ ਜੀਆਂ ਸਿਆਸਤਾਂ ਹੈਗੀਆਂ ਆ ਇਹਨਾਂ ਤੋਂ ਥੋੜ੍ਹਾ ਚਾਨਣਾ ਪਾਉਣ ਦੀ ਲੋੜ ਹੈਗੀ ਆ। ਕ੍ਰੈਡਿਟ ਵਾਰ ਨਹੀਂ ਹੋਣੀ ਚਾਹੀਦੀ, ਅਸੀਂ ਲੋਕ ਇੱਥੇ ਜੇ ਕੰਮ ਕਰਦੇ ਹਾਂ। ਹਾਂ, ਇੱਕ ਚੀਜ਼ ਮੈਂ ਹੋਰ ਇੱਥੇ ਰੱਖਣੀ ਚਾਹੁੰਦਾ, ਜਿਹੜੇ ਬੰਦੇ ਮੈਂ ਸਮਝਦਾ ਕਿ ਜਿਹੜੇ ਬੰਦਿਆਂ ਨੂੰ 10-10, 15-15 ਸਾਲ ਹੋ ਗਏ ਇੱਥੇ ਕੰਮ ਕਰਦਿਆਂ, ਪਹਿਲਾਂ ਪਹਿਲ ਉਹਨਾਂ ਦੀ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਪਹਿਲਾਂ ਨੌਕਰੀ 'ਚ ਰੱਖਿਆ ਜਾਣਾ ਚਾਹੀਦਾ। ਬਾਕੀ ਜਿਹੜੇ ਹੈਗੇ ਆ ਜਿਹੜੇ ਬਾਕੀ ਦੇ ਹੈਗੇ ਨੇ ਉਹ ਮੈਰਿਟ ਲਿਸਟ ਦੇ ਆਧਾਰ 'ਤੇ ਹੋਣੇ ਚਾਹੀਦੇ ਨੇ, ਕੋਈ ਸਿਫਾਰਸ਼ ਨਹੀਂ ਵਿੱਚ ਚਾਹੀਦਾ, ਪਹਿਲ ਇਹਨਾਂ ਦੀ ਹੈ। ਉਸ ਤੋਂ ਬਾਅਦ ਮੈਰਿਟ ਲਿਸਟ ਦੇ ਆਧਾਰ 'ਤੇ ਜਿਹੜੇ ਬਾਕੀ ਦੇ ਕਰਮਚਾਰੀ ਜਾਣਗੇ ਉਹਨਾਂ ਦੀ ਭਰਤੀ ਹੋਣੀ ਚਾਹੀਦੀ, ਕਿਸੇ ਦੀ ਸਿਫਾਰਸ਼ ਦੇ ਅਨੁਸਾਰ ਇਹ ਭਰਤੀ ਨਹੀਂ ਹੋਣੀ ਚਾਹੀਦੀ। ਇਹਨਾਂ ਗੱਲਾਂ ਦੇ ਨਾਲ ਮੈਂ ਆਪ ਜੀ ਤੋਂ ਜਿਹੜੀ ਇਜਾਜ਼ਤ ਮੰਗਦਾ ਹੈਗਾ। ਨਮਸਕਾਰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਨਿਗਮ ਦੇ ਕਰਮਚਾਰੀ ਯੂਨੀਅਨ ਨੇ ਜਿਹੜਾ ਧਰਨਾ ਲਗਾਇਆ ਸੀਗਾ ਅੱਜ, ਅਸੀਂ ਸਾਰਿਆਂ ਨੇ ਗੱਲਬਾਤ ਕਰਕੇ, ਪਿਛਲੇ ਕਈ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀਗੀ ਔਰ ਅੱਜ ਅਸੀਂ ਸਾਰੀ ਗੱਲਬਾਤ ਕਰਕੇ ਉਹਨਾਂ ਦੇ ਜਿੰਨੇ ਮੁੱਦੇ ਸੀਗੇ ਸਾਰੇ ਸੁਲਝਾਉਣ ਦਾ ਉਹਨਾਂ ਦੇ ਨਾਲ ਵਾਅਦਾ ਕੀਤਾ ਹੈ ਔਰ ਆਉਣ ਵਾਲੇ ਹਫ਼ਤੇ ਦੇ ਵਿੱਚ ਅਸੀਂ ਹਾਊਸ ਦੀ ਮੀਟਿੰਗ ਕਰਕੇ ਉਹਨਾਂ ਮੁੱਦਿਆਂ 'ਤੇ ਵਿਚਾਰ ਕਰਕੇ ਉਹਨਾਂ ਨੂੰ ਪਾਸ ਕਰਵਾ ਕੇ ਜਿਹੜੇ ਜਿਹੜੇ ਮੁੱਦੇ ਹੈਗੇ ਉਹਨਾਂ ਦੇ ਕਲੀਅਰ ਕਰਵਾਵਾਂਗੇ। ਇਸ ਆਸ਼ਵਾਸਨ 'ਤੇ ਯੂਨੀਅਨ ਨੇ ਅੱਜ ਧਰਨਾ ਚੱਕ ਲਿਆ ਹੈ ਔਰ ਬਹੁਤ ਜਲਦੀ ਸਿਟੀ ਦੀ ਜਿਹੜੀ ਹੈਗੀ ਸਾਫ਼ ਸਫਾਈ ਸ਼ੁਰੂ ਹੋ ਜਾਏਗੀ।